ਅੱਜ ਅਸੀਂ ਤੁਹਾਨੂੰ ਬਹੁਤ ਜ਼ਰੂਰੀ ਅਤੇ ਵਿਗਿਆਨਿਕ ਗੱਲ ਦੱਸਦੇ ਹਾਂ। ਤੁਸੀਂ ਜ਼ਿਆਦਾਤਰ ਸੁਣਿਆ ਹੋਵੇਗਾ ਕਿ ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸੇ ਹਨ ਉਹ ਜ਼ਿਆਦਾ ਬਿਮਾਰ ਹੁੰਦੇ ਹਨ, ਉੱਥੇ ਹੀ ਜਿਨ੍ਹਾਂ ਕੋਲ ਘੱਟ ਪੈਸਾ ਹੈ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ। ਅਮੀਰ ਲੋਕ ਖਾਣਾ ਜ਼ਰੂਰ ਤਾਜ਼ਾ ਖਾਂਦੇ ਹਨ ਅਤੇ ਕਈ ਵਾਰ ਬਚੇ ਹੋਏ ਖਾਣੇ ਨੂੰ ਸੁੱਟ ਵੀ ਦਿੰਦੇ ਹਨ। ਜੇਕਰ ਅਮੀਰ ਵਿਅਕਤੀ ਘਰ ਰੋਟੀਆਂ ਬਚ ਜਾਣ ਤਾਂ ਉਹ ਜਾਨਵਰਾਂ ਨੂੰ ਪਾ ਦਿੰਦੇ ਹਨ। ਇਸੇ ਤਰ੍ਹਾਂ ਜੇ ਕਿਸੇ ਗਰੀਬ ਘਰ ਰਾਤ ਦੀ ਰੋਟੀ ਬਚ ਜਾਵੇ ਤਾਂ ਉਹ ਇਸ ਨੂੰ ਸਵੇਰੇ ਖਾਂਦੇ ਹਨ। ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਬਾਸੀ ਰੋਟੀ ਖਾਣ ਦੇ ਕਿੰਨੇ ਫਾਇਦੇ ਹਨ। ਵਿਗਿਆਨ ਵੀ ਕਹਿੰਦਾ ਹੈ ਕਿ ਬਾਸੀ ਚੀਜ਼ਾਂ ਖਾਣ ਦੇ ਫਾਇਦੇ ਹਨ, ਉਹ ਵੀ ਅਨਾਜ ਤੋਂ ਬਣੇ ਹੋਣ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਜੇਕਰ ਬਾਸੀ ਰੋਟੀਆਂ ਨੂੰ ਸਵੇਰੇ ਖਾਲੀ ਪੇਟ ਖਾਧਾ ਜਾਵੇ ਤਾਂ ਕਿਹੜੇ ਫਾਇਦੇ ਹੋਣਗੇ। ਸਵੇਰੇ ਖਾਲੀ ਪੇਟ ਬਾਸੀ ਰੋਟੀਆਂ ਨੂੰ ਦੁੱਧ ਵਿੱਚ ਡੁਬੋ ਕੇ 5 ਮਿੰਟ ਬਾਅਦ ਇਸ ਨੂੰ ਖਾਓ। ਨਾ ਹੀ ਦੁੱਧ ਨਾ ਗਰਮ ਹੋਵੇ ਅਤੇ ਨਾ ਹੀ ਇਸ ਵਿੱਚ ਚੀਨੀ ਮਿਲਾਉਣੀ ਹੈ। ਇਸ ਦਾ ਸਭ ਤੋਂ ਵੱਧ ਫਾਇਦਾ ਡਾਇਬਟੀਜ਼ ਵਾਲੇ ਲੋਕਾਂ ਨੂੰ ਹੋਵੇਗਾ। ਅਸੀਂ ਡਾਇਬਟੀਜ਼ ਨੂੰ ਕੰਟਰੋਲ ਕਰਨ ਲਈ ਦਵਾਈਆਂ ਖਾਂਦੇ ਹਾਂ ਜੋ ਕਿ ਸਰੀਰ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਡਾਇਬਟੀਜ਼ ਤੋਂ ਬਚਣ ਲਈ ਤੁਸੀਂ ਬਾਸੀ ਰੋਟੀਆਂ ਖਾਓ। ਇਹ ਤੁਹਾਡੀ ਡਾਇਬਟੀਜ਼ ਨੂੰ ਕੰਟਰੋਲ 'ਚ ਰੱਖੇਗੀ ਅਤੇ ਇਸ ਨੂੰ ਖਤਮ ਕਰ ਦੇਵੇਗੀ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਵੀ ਬਾਸੀ ਰੋਟੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਦਵਾਈਆਂ ਦਾ ਸੇਵਨ ਸਰੀਰ ਲਈ ਖਤਰਨਾਕ ਹੁੰਦਾ ਹੈ। ਸਵੇਰੇ ਖਾਲੀ ਪੇਟ ਦੁੱਧ ਵਿੱਚ ਬਾਸੀ ਰੋਟੀ ਦਾ ਸੇਵਨ ਕਰੋ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਵੇਗੀ। ਹਰ ਰੋਜ਼ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਵੀ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਸ ਤੋਂ ਇਲਾਵਾ ਬਾਸੀ ਰੋਟੀ ਵਜਨ ਨੂੰ ਵੀ ਘੱਟ ਕਰਦੀ ਹੈ ਅਤੇ ਪੇਟ ਸੰਬੰਧੀ ਬਿਮਾਰੀਆਂ ਤੋਂ ਵੀ ਰਾਹਤ ਪਹੁੰਚਾਉਂਦੀ ਹੈ। ਬਿਊਰੋ ਰਿਪੋਰਟ, ਸਾਂਝ ਟੀਵੀ।